ਦੋ ਸ਼ੇਰਾਂ ਵਰਗੇ ਭਰਾ, ਬਿਲਕੁਲ ਯੰਗ ਵਿਆਹੇ ਬੱਚੇ, ਇੱਕ 6 ਫੁੱਟ 2 ਇੰਚ, ਇੱਕ ਤਕਰੀਬਨ 6 ਫੁੱਟ। ਵੱਡੇ ਦਾ ਨਾਂ ਮਾਨਵਜੀਤ ਸਿੰਘ, ਛੋਟੇ ਦਾ ਨਾਂ ਜਸ਼ਨ, ਦੋਨੋਂ ਢਿੱਲੋਂਸ। ਇਹਨਾਂ ਦੇ ਪਿਤਾ ਦਾ ਨਾਂ ਸਰ ਜਤਿੰਦਰ ਪਾਲ ਸਿੰਘ ਢਿੱਲੋਂ। ਇਹਨਾਂ ਦੀ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ 14 ਤਰੀਕ ਨੂੰ ਵੱਡੇ ਜਿਹੜੇ ਨੇ ਮਾਨਵਜੀਤ ਸਿੰਘ, ਇਹਨਾਂ ਦੇ ਇੱਕ ਦੋਸਤ ਦੀ ਰੀਅਲ ਸਿਸਟਰ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਨੇ, ਉਹਨਾਂ ਦੇ ਆਪਣੇ ਹਸਬੈਂਡ ਨਾਲ ਡਿਸਪਿਊਟ ਚੱਲ ਰਿਹਾ ਸੀ ਅਤੇ ਇਹਨਾਂ ਦੇ ਲੁਧਿਆਣੇ ਵਾਲੇ ਦੋਸਤ ਨੇ ਇਹ ਗੱਲ ਕਹੀ ਕਿ ਅਸੀਂ ਡਿਵੀਜ਼ਨ ਨੰਬਰ 1 SHO ਨੂੰ ਮਿਲਣਾ ਉਸ ਡਿਸਪਿਊਟ ਦੇ ਵਿੱਚ, ਅਤੇ ਮਾਨਵ ਜੀ ਤੁਸੀਂ ਨਾਲ ਚੱਲੋ। ਉਹ ਐਜ਼ ਅ ਸਿਫਾਰਸ਼ੀ ਉੱਥੇ ਗਏ। ਪਹਿਲੇ ਦਿਨ ਉਹਨਾਂ ਨੂੰ ਇਲਟ੍ਰੀਟ ਕੀਤਾ ਗਿਆ, ਉੱਥੋਂ ਦੇ ਮੁਨਸ਼ੀ ਨੇ ਅਤੇ ਇੱਕ ਲੇਡੀ ਕੋਂਸਟੇਬਲ ਨੇ। ਉਸ ਤੋਂ ਬਾਅਦ 16 ਤਰੀਕ ਨੂੰ ਫਿਰ ਉਹਨਾਂ ਨੂੰ SHO ਨੇ ਬੁਲਾਇਆ। ਉੱਥੇ ਜੋ ਮੈਨੂੰ ਪਤਾ ਲੱਗਿਆ ਉਹਨਾਂ ਦੇ ਪਿਤਾ ਤੋਂ ਅਤੇ ਜਿਹੜੇ ਮੌਕੇ ਦੇ ਉੱਥੇ ਗਵਾਹ ਸੀ ਉਹਨਾਂ ਦੇ ਦੋਸਤਾਂ ਤੋਂ, ਕਿ SHO ਨੇ ਫਿਜ਼ੀਕਲੀ ਅਸੋਲਟ ਕੀਤਾ ਮਾਨਵਜੀਤ ਸਿੰਘ ਢਿੱਲੋਂ ਨੂੰ। ਦਸਤਾਰ ਉਹਦੀ ਉਤਾਰੀ ਗਈ, ਲੋਕਲ ਜਿਹੜੀ ਉੱਥੋਂ ਦੀ ਹਵਾਲਾਟ ਸੀ ਥਾਣੇ ਦੀ ਉਹਦੇ ਵਿੱਚ ਰੱਖਿਆ। ਜਿਹਦਾ ਕਾਰਨ ਇਹ ਹੋਇਆ ਕਿ ਛੋਟਾ ਜਿਹੜਾ ਬ੍ਰਦਰ ਸੀ ਜਸ਼ਨ, ਉਹ ਇੱਕ ਸੈਂਸਿਟਿਵ ਲੜਕਾ ਸੀ। ਉਹਨੇ ਵੇਖਿਆ ਕਿ ਮੇਰੇ ਭਰਾ ਦੇ ਨਾਲ ਬਹੁਤ ਇਲ ਟ੍ਰੀਟਮੈਂਟ ਹੋਈ ਹੈ, ਫਿਜ਼ੀਕਲੀ ਉਹਨੂੰ ਅਸੋਲਟ ਕੀਤਾ ਗਿਆ, ਉਹਦੀ ਦਸਤਾਰ ਉਤਾਰੀ ਗਈ ਹੈ। ਤੋ ਕਈ ਦਿਨਾਂ ਤੋਂ ਲਗਾਤਾਰ ਇਸ ਚੀਜ਼ ਦੇ ਨੇ ਉਹਨੂੰ ਬਹੁਤ ਹੱਦ ਤੱਕ ਟ੍ਰਬਲ ਕੀਤਾ। 2-3 ਦਿਨ ਲਗਾਤਾਰ ਜਦੋਂ ਵੱਡੇ ਨੂੰ ਇਹ ਨਜ਼ਰ ਆਇਆ ਕਿ ਛੋਟਾ ਕੋਈ ਐਕਸਟ੍ਰੀਮ ਸਟੈਪ ਨਾ ਲੈ ਲਏ ਇਸ ਹਿਊਮਲੇਸ਼ਨ ਦੇ ਖਿਲਾਫ, ਅਤੇ ਉਹਨਾਂ ਨੇ ਜਦੋਂ ਟੈਲੀਫੋਨ ਕੀਤਾ, ਮੌਕੇ ਦੇ ਗਵਾਹ ਨੇ ਉਹਨਾਂ ਨਾਲ, ਉਹਨਾਂ ਦਾ ਨਾਮ ਹੀ ਮਾਨਵਦੀਪ ਸਿੰਘ ਉੱਪਲ, ਉਹਨਾਂ ਨੂੰ ਵੱਡੇ ਢਿੱਲੋਂ ਨੇ ਕਿਹਾ ਕਿ ਮੇਰੀ ਗੱਲ ਹੋ ਗਈ ਹੈ। ਗੋਇੰਦਵਾਲ ਬਿਆਸ ਦੇ ਦਰਿਆ 'ਤੇ ਇਹ ਲੜਕਾ ਕਈ ਦਿਨਾਂ ਦਾ ਚੱਕਰ ਲਾ ਰਿਹਾ, ਕਿਉਂਕਿ ਇਹ ਜਿਹੜੀ ਢਿੱਲੋਂ ਫੈਮਿਲੀ ਹੈ ਇਹਨਾਂ ਦੀ ਆਪਣੀ ਇੰਡਸਟਰੀ ਵੀ ਹੈ, ਇਹਨਾਂ ਦਾ ਇੱਕ ਆਪਣਾ ਸਕੂਲ ਗੋਇੰਦਵਾਲ ਦੇ ਵਿੱਚ ਹੈ, ਬਹੁਤ ਅੱਛਾ ਚੱਲਦਾ ਸਕੂਲ ਹੈ, ਅਤੇ ਜਸ਼ਨ ਅਤੇ ਜਸ਼ਨ ਦੀ ਵਾਈਫ ਉਹ ਸਕੂਲ ਨੂੰ ਰਨ ਕਰਦੀ ਹੈ ਛੋਟਾ ਜਿਹੜਾ। ਤੋ ਇਹਨਾਂ ਨੂੰ ਐਪਰੀਹੈਂਸ਼ਨ ਸੀ ਕਿ ਇਸ ਹਿਊਮਲੇਸ਼ਨ ਤਾਂ ਭਾਵੇਂ ਵੱਡੀ ਦੀ ਹੋਈ ਹੈ, ਬਟ ਛੋਟਾ ਬਹੁਤ ਸੈਂਸਿਟਿਵ ਸੀ ਕਿ ਮੇਰੇ ਭਰਾ ਦੇ ਨਾਲ ਬਹੁਤ ਪੁਲਿਸ ਨੇ ਮਿਸਬਿਹੇਵ ਕੀਤਾ, ਕਿ ਕੋਈ ਐਕਸਟ੍ਰੀਮ ਸਟੈਪ ਨਾ ਲੈ ਲਏ। ਇਹਨਾਂ ਨੇ ਟੈਲੀਫੋਨ ਕੀਤਾ, ਉਹਨਾਂ ਨੂੰ ਪਤਾ ਲੱਗਾ ਉੱਥੇ ਹੀ ਹੈ। ਇਹਨਾਂ ਨੇ ਗੱਲ ਕਰਕੇ ਉਹਨੂੰ ਕਿਹਾ, ਛੋਟੇ ਵੀਰ ਕੋਈ ਇਹੋ ਜਿਹਾ ਐਕਸਟ੍ਰੀਮ ਸਟੈਪ ਨਹੀਂ ਲੈਣਾ, ਅਸੀਂ ਆ ਰਹੇ ਹਾਂ, ਮੌਕੇ 'ਤੇ ਪਹੁੰਚ ਵੀ ਜਾਂਦੇ ਨੇ। ਜਿਹੜੇ ਗਵਾਹ ਨੇ ਮੌਕੇ 'ਤੇ ਮਿਸਟਰ ਉੱਪਲ, ਉਹ ਮੈਨੂੰ ਦੱਸਦੇ ਨੇ ਜਿੱਦਣ ਮੈਂ ਗਿਆ ਉੱਥੇ, ਕਿ ਬਾਜਵਾ ਸਾਹਿਬ ਵੱਡੇ ਭਰਾ ਨੇ ਗਲਵੱਕੜੀ 'ਚ ਲੈ ਲਿਆ ਛੋਟੇ ਨੂੰ, ਉਹਨੂੰ ਮਨਾਉਣ ਦੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹ ਬਹੁਤ ਜ਼ਿਆਦਾ ਅਪਸੈਟ ਸੀ, ਕਦੀ ਪੁੱਲ ਦੇ ਅੱਗੇ ਨੂੰ ਜਾਂਦਾ ਸੀ, ਕਦੀ ਪਿੱਛੇ ਨੂੰ ਆਉਂਦਾ ਸੀ, ਅਤੇ ਉਹਨਾਂ ਨੇ ਫਿਰ ਉੱਪਲ ਨੂੰ, ਜਿਹੜਾ ਮੌਕੇ ਦਾ ਗਵਾਹ ਸੀ, ਉਹਨੂੰ ਇਸ਼ਾਰਾ ਕੀਤਾ ਕਿ ਗੱਡੀ ਤੂੰ ਮੋੜ ਕੇ ਅੱਗੋਂ ਦੀ ਘੁਮਾ ਕੇ ਸਾਡੇ ਕੋਲ ਲੈ ਆ, ਅਤੇ ਅਸੀਂ ਇਹਨੂੰ ਗੱਡੀ 'ਚ ਬਿਠਾ ਕੇ ਅਤੇ ਵਾਪਸ ਲੈ ਆਈਏ। ਜਦੋਂ ਉਹਨੇ ਕਿਹਾ ਜੀ ਮੈਂ ਗੱਡੀ ਅਜੇ ਮੋੜ ਹੀ ਰਿਹਾ ਸੀ, ਅਤੇ ਅਚਾਨਕ ਮੈਂ ਵੇਖਿਆ ਕਿ ਛੋਟੇ ਭਰਾ ਨੇ ਆਪਣੀ ਬਾਂਹ ਛੋੜਾ ਲਈ ਵੱਡੇ ਤੋਂ, ਅਤੇ ਨਹਿਰ ਦੇ ਵਿੱਚ ਜਿਹੜਾ ਵੱਡਾ ਦਰਿਆ ਹੈ ਬਿਆਸ ਦਾ, ਉਹਦੇ ਵਿੱਚ ਛਾਲ ਮਾਰ ਦਿੱਤੀ। ਸਪੋਂਟੇਨੀਅਸ ਵੱਡੇ ਭਰਾ ਦਾ ਜਿਹੜਾ ਹੈ ਸੀ, ਉਹਨੇ ਵੀ ਪਿੱਛੇ ਭਰਾ ਨੂੰ ਬਚਾਉਣ ਵਾਸਤੇ ਛਾਲ ਮਾਰ ਦਿੱਤੀ। ਤਕਰੀਬਨ 10-12 ਦਿਨਾਂ ਤੋਂ ਬਾਅਦ ਕੱਲ੍ਹ ਛੰਬ ਦੇ ਵਿੱਚ ਤਲਵੰਡੀ ਪਿੰਡ ਹੈ, ਜਿੱਥੋਂ ਸਾਡੇ ਹੀ ਇੱਕ ਸਾਥੀ ਨੂੰ ਮੈਸੇਜ ਆਇਆ ਕਿ ਤੁਸੀਂ ਇਤਲਾਹ ਦਿਓ, ਇੱਕ ਬਹੁਤ ਹੀ ਬੁਰੀ ਹਾਲਤ ਦੇ ਵਿੱਚ ਬੋਡੀ ਪਈ ਹੈ, ਬਿਲਕੁਲ ਉਹ ਖੰਜਰ ਦੀ ਹਾਲਤ ਦੇ ਵਿੱਚ ਹੈ, ਅਤੇ ਵਿੱਚ ਇੱਕ ਸ਼ੂ ਪੈਰਾਂ ਦੇ ਵਿੱਚ ਜੁੱਤੇ ਪਾਏ ਨੇ, ਅਤੇ ਇੱਕ ਮੋਟਾ ਕੜਾ ਜਿਹੜਾ ਉਹਦੇ ਤੋਂ ਪਹਿਚਾਣ ਕੀਤੀ ਜਾ ਸਕਦੀ, ਅਦਰਵਾਈਜ਼ ਸਾਰੀ ਬੋਡੀ ਜਿਹੜੀ ਸੀ ਕੰਪਲੀਟਲੀ ਖਰਾਬ ਹੋ ਚੁੱਕੀ ਸੀ। ਤਾਂ ਉਹਨਾਂ ਨੇ ਜਦੋਂ ਇਹਨਾਂ ਨੂੰ ਇਤਲਾਹ ਦਿੱਤੀ, ਘਰ ਦੇ ਉੱਥੇ ਪਹੁੰਚੇ, ਜਿਹੜਾ ਛੋਟਾ ਸੀ ਉਹਦੀ ਵਾਈਫ ਨੂੰ ਜਦੋਂ ਜੁੱਤੇ ਦਾ ਰੰਗ ਵਿਖਾਇਆ ਗਿਆ, ਦੱਸਿਆ ਗਿਆ, ਅਤੇ ਕੜਾ ਵਿਖਾਇਆ ਗਿਆ, ਉਹਨੇ ਆਈਡੈਂਟੀਫਿਕੇਸ਼ਨ ਕਰ ਲਈ ਕਿ ਛੋਟਾ ਜਸ਼ਨ ਹੀ ਹੈ। ਤਾਂ ਉਹਦੇ ਵਿੱਚ ਕੱਲ੍ਹ ਉਹਨਾਂ ਦੇ ਪਿਤਾ ਸਰ ਜਤਿੰਦਰ ਪਾਲ ਸਿੰਘ ਜਿਹੜੇ ਨੇ, ਉਹਨਾਂ ਨੇ ਜਾ ਕੇ ਪਹਿਲੇ ਬੋਡੀ ਜਿਹੜੀ ਸੀ ਹੋਸਪਿਟਲ ਦੇ ਵਿੱਚ, ਸੁਲਤਾਨਪੁਰ ਲੋਧੀ ਸਿਵਲ ਹੋਸਪਿਟਲ ਵਿੱਚ ਸੀ,
ਅੱਜ ਲਈ ਜਲੰਧਰ ਸ਼ਿਫਟ ਕਰਨ ਲੱਗੇ ਸੀ, ਫਿਰ ਉਹਨਾਂ ਨੇ ਵਾਪਸ ਜਾ ਕੇ ਉੱਥੇ ਜਮ੍ਹਾਂ ਕਰਾ ਦਿੱਤੀ। ਘਰ ਵਾਲਿਆਂ ਨੇ ਫੈਸਲਾ ਕਰ ਲਿਆ ਕਿ ਜਿੰਨੀ ਦੇਰ ਵੱਡੇ ਵੀਰ ਦੀ ਜਿਹੜਾ ਮਾਨਵ ਹੈ ਜਾਂ ਦੂਸਰਾ ਬੇਟਾ ਜਿਹੜਾ ਜਤਿੰਦਰਪਾਲ ਦਾ, ਉਹਦੀ ਬਾਡੀ ਦੀ ਰਿਕਵਰੀ ਨਹੀਂ ਹੁੰਦੀ, ਉਹਨਾਂ ਚਿਰ ਛੋਟੇ ਭਰਾ ਦਾ ਅਸੀਂ ਸੰਸਕਾਰ ਨਹੀਂ ਕਰਾਂਗੇ। ਉਹਨਾਂ ਦੇ ਪਿਤਾ ਨਾਲ ਵੀ ਸਵੇਰੀ ਮੇਰੀ ਗੱਲ ਹੋਈ ਹੈ ਅਤੇ ਉਹਨਾਂ ਦੇ ਵਕੀਲ ਨਾਲ ਵੀ ਮੇਰੀ ਗੱਲ ਹੋਈ ਹੈ। ਉਹਨਾਂ ਦੀ ਪਹਿਲੀ ਡਿਮਾਂਡ ਹੈ ਕਿ ਜਿਹੜਾ ਇੰਸਪੈਕਟਰ ਹੈ ਨਵਦੀਪ ਸਿੰਘ ਪਲੱਸ ਉੱਥੋਂ ਦਾ ਮੁਨਸ਼ੀ ਪਲੱਸ ਉੱਥੋਂ ਦੀ ਲੇਡੀ ਕੰਸਟੇਬਲ, ਜਿਨ੍ਹਾਂ 'ਤੇ ਦਫਾ 304 ਅਬੈਟਮੈਂਟ ਟੂ ਸੁਸਾਈਡ ਦਾ ਕੇਸ ਰਜਿਸਟਰ ਕੀਤਾ ਗਿਆ, ਕਿ ਉਹਨਾਂ ਦੀ ਇਮੀਡੀਏਟ ਅਰੈਸਟ ਹੋਣੀ ਚਾਹੀਦੀ। ਨੰਬਰ 1 ਉਹਨਾਂ ਦੀ ਗ੍ਰਿਫਤਾਰੀਆਂ ਹੋਣ, ਨੰਬਰ 2 ਉਹਨਾਂ ਦੀ ਮੰਗ ਹੈ ਕਿ ਗਵਰਨਮੈਂਟ ਇਹਦੀ LOC ਜਾਰੀ ਕਰੇ, ਇਹ ਨਾ ਹੋਏ ਕਿ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਬਾਹਰਲੇ ਮੁਲਕ ਭੱਜਣ ਦੀ ਕੋਸ਼ਿਸ਼ ਕਰੇ। ਜਿਹੜੀ ਮੌਕੇ 'ਤੇ ਮੈਂ ਗੱਲ ਕਰਨੀ, ਇਹ ਤਾਂ ਤੁਹਾਨੂੰ ਮੈਂ ਵਾਕਿਆਤ ਦੱਸੇ ਨੇ ਸਾਰੇ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿੰਨੀ ਇੱਕ ਦਰਦਨਾਕ ਕਹਾਣੀ ਹੈ। ਜਤਿੰਦਰਪਾਲ ਸਿੰਘ ਜੀ ਦੇ 2 ਹੀ ਇਕੱਲੇ ਬੇਟੇ ਸੀ, ਦੋਨੋਂ ਇਸ ਪੁਲਿਸ ਦੀ ਐਕਸਟ੍ਰੀਮ ਇਨਹਿਊਮਨ ਜਿਹੜਾ ਬਿਹੇਵੀਅਰ ਹੈ ਇਸ ਇੰਸਪੈਕਟਰ ਦਾ ਅਤੇ ਇਹਨਾਂ ਦੇ ਸਟਾਫ ਦਾ, ਮਜਬੂਰ ਕਰ ਦਿੱਤਾ 2 ਨੌਜਵਾਨ ਸ਼ੇਰਾਂ ਵਰਗੇ ਬੱਚਿਆਂ ਨੂੰ ਖੁਦਕਸ਼ੀ ਕਰਨ ਦਿੱਤਾ। ਇਹ ਖੁਦਕਸ਼ੀ ਨਹੀਂ, ਮੈਂ ਇਹਨੂੰ ਮਰਡਰ ਕਹੂੰਗਾ। ਉਸੇ ਘਰ ਦੇ ਵਿੱਚ ਜਤਿੰਦਰਪਾਲ ਸਿੰਘ ਉਹਨਾਂ ਦੇ ਪਿਤਾ ਨੇ, ਜਿਹਨਾਂ ਦੀ 90 ਸਾਲ ਦੀ ਉਮਰ, ਅੱਜ ਰੋਂਦਿਆਂ ਵਿਲਖਦਿਆਂ ਹੋਇਆ ਉਹਨਾਂ ਦੇ ਪਿਤਾ ਨੇ ਕਿਹਾ ਕਿ ਮੈਂ ਬਾਪੂ ਜੀ ਨੂੰ ਦੱਸ ਨਹੀਂ ਪਾਇਆ, ਜਦੋਂ ਮੈਨੂੰ ਛੋਟੇ ਦਾ ਪੁੱਛਦੇ ਨੇ ਤਾਂ ਮੈਂ ਉਹਨਾਂ ਨੂੰ ਕਈ ਦਿਨਾਂ ਦਾ ਕਹਿ ਰਿਹਾ ਉਹ ਬਿਮਾਰ ਹੈ, ਦਵਾਈ ਲੈ ਰਿਹਾ ਉਹ ਉਥਲੇ ਕਮਰੇ 'ਚ, ਅਤੇ ਛੋਟਾ ਜਿਹੜਾ ਉਹਨੇ ਕਿਹਾ ਜੀ ਕਿ ਬਹੁਤ ਦੂਰ ਕਿਸੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ 'ਤੇ ਹਜ਼ੂਰ ਸਾਹਿਬ ਗਿਆ ਹੋਇਆ, ਵਾਈਫਸ ਮੰਨਣ ਨੂੰ ਤਿਆਰ ਨਹੀਂ ਨੇ, ਮਾਂ ਮੰਨਣ ਨੂੰ ਤਿਆਰ ਨਹੀਂ। ਅਤੇ ਪੰਜਾਬ ਪੁਲਿਸ ਦਾ ਮੈਂ ਤੁਹਾਨੂੰ ਵਤੀਰਾ ਦੱਸਣਾ ਚਾਹੁੰਦਾ ਪਿਛਲੇ 12-14 ਦਿਨਾਂ ਦਾ, ਕੰਪਲੀਟਲੀ ਇਨਸੈਂਸਿਟਿਵ। ਭਗਵੰਤ ਮਾਨ ਜੀ, ਤੁਸੀਂ ਮੁੱਖ ਮੰਤਰੀ, ਹੋਮ ਦਾ ਮਹਿਕਮਾ ਤੁਹਾਡੇ ਕੋਲ, ਇਹ ਤੁਹਾਡੀ ਵੱਡੀ ਜ਼ਿੰਮੇਵਾਰੀ, ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ, ਐਜ਼ ਅ ਵਿਰੋਧੀ ਧਿਰ ਦੇ ਲੀਡਰ ਸਾਰੇ ਹਿੰਦੁਸਤਾਨ ਦਾ ਤੁਸੀਂ ਚੱਕਰ ਜਹਾਜ਼ਾਂ ਦੇ ਜ਼ਰੀਏ ਹੈਲੀਕਾਪਟਰਾਂ 'ਤੇ ਲਾ ਰਹੇ, ਕਦੀ ਤੁਹਾਡੇ ਮਨ 'ਚ ਇਹ ਨਹੀਂ ਆਈ ਤੁਹਾਡੇ ਸੂਬੇ ਦੇ 2 ਨੌਜਵਾਨ ਗੱਭਰੂ ਤੁਹਾਡੀ ਪੁਲਿਸ ਦੀ ਜ਼ਿਆਦਤੀ ਕਰਨ, ਖੁਦਕਸ਼ੀ ਕਰਨ? ਤੁਸੀਂ ਘੱਟ ਤੋਂ ਘੱਟ, ਜੇ ਜਲੰਧਰ ਨਹੀਂ ਸੀ ਆ ਸਕਦੇ, ਘੱਟ ਤੋਂ ਘੱਟ ਇੱਕ ਟੈਲੀਫੋਨ ਹੀ ਕਰਕੇ ਉਹਨਾਂ ਨੂੰ ਦਿਲਾਸਾ ਦਿੰਦੇ। ਨਾ ਤੁਸੀਂ ਆਏ, ਨਾ ਤੁਹਾਡੀ ਆਪ ਦਾ ਕੋਈ ਮੰਤਰੀ ਉੱਥੇ ਗਿਆ, ਨਾ ਤੁਹਾਡਾ ਮੈਂਬਰ ਆਫ ਪਾਰਲੀਮੈਂਟ ਉੱਥੇ ਗਿਆ, ਨਾ ਤੁਹਾਡਾ ਕੋਈ MLA ਉੱਥੇ ਗਿਆ। ਇਹ ਗੱਲ ਉਹਨਾਂ ਦੇ ਪਿਤਾ ਨੇ, ਸਰ ਜਤਿੰਦਰਪਾਲ ਸਿੰਘ ਨੇ ਮੇਰੇ ਨਾਲ ਤਸਲੀਮ ਕੀਤੀ ਕਿ ਬਾਜਵਾ ਸਾਹਿਬ ਇਹਨਾਂ ਦੇ ਇਕੱਲੇ MP ਦਾ ਫੋਨ ਆਇਆ ਸੀ, ਮੈਨੂੰ ਮਿਲ ਤੱਕ ਨਹੀਂ ਕੋਈ ਇੱਥੇ ਆਇਆ। ਅਤੇ ਪੁਲਿਸ ਦਾ ਉਹਨਾਂ ਨੇ ਮੈਨੂੰ ਕਿਹਾ, ਇਸ ਤੋਂ ਵੱਡੀ ਜ਼ਿਆਦਤੀ ਕੀ ਹੈ? ਸੀਨੀਅਰ ਪੁਲਿਸ ਅਫਸਰ ਇਹ ਕਹਿੰਦੇ ਨੇ ਕਿ ਦੋਨਾਂ ਨੂੰ ਗੋਤਾਖਾਰੀ ਆਉਂਦੀ ਸੀ, ਸਵਿਮਿੰਗ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਆਉਂਦੀ ਸੀ, ਹੋ ਸਕਦਾ ਇਹਨਾਂ ਛਾਲਾਂ ਮਾਰੀਆਂ ਹੀ ਹੋਣ, ਕਿਤੇ ਪਾਸੇ ਲੁਕੇ ਹੋਣ। ਅਤੇ ਇਹਨਾਂ ਤੱਕ, ਇੱਥੋਂ ਤੱਕ ਇਹਨਾਂ ਕਿਹਾ ਕਿ ਕੁਝ ਚੰਦ ਪੁਲਿਸ ਅਫਸਰ ਇਹ ਵੀ ਕਹਿੰਦੇ ਨੇ ਕਿ ਇੱਕ ਬੰਦੇ ਦਾ ਕੁਝ ਚੰਦ ਸੈਕਿੰਡਾਂ ਵਾਸਤੇ ਟੈਲੀਫੋਨ ਵੀ ਚੱਲਿਆ। ਸੋ ਇੰਨੇ ਅਸੀਂ ਇਨਸੈਂਸਿਟਿਵ ਹਾਂ? ਕੋਈ ਪੰਜਾਬ ਪੁਲਿਸ, ਭਗਵੰਤ ਮਾਨ ਜੀ, ਤੁਹਾਡੀ ਐਡਮਿਨਿਸਟ੍ਰੇਸ਼ਨ, ਨਾ ਸਿਵਲ ਨਾ ਪੁਲਿਸ ਐਡਮਿਨਿਸਟ੍ਰੇਸ਼ਨ ਨੇ 12-14 ਦਿਨ 'ਚ ਕੋਸ਼ਿਸ਼ ਵੀ ਕੀਤੀ ਕਿ ਜਿਸ ਪਰਿਵਾਰ ਦੇ ਵਿੱਚ ਕਹਿ ਟਲ ਗਿਆ ਹੋਏ, ਅਸੀਂ ਕੋਸ਼ਿਸ਼ ਕਰਕੇ, ਅਸੀਂ ਇੱਕ ਪ੍ਰਜ਼ੋਰ ਕੋਸ਼ਿਸ਼ ਕਰੀਏ ਜੇ ਉਹਨਾਂ ਦੀਆਂ ਲਾਸ਼ਾਂ ਕਿਤੇ ਬਰਾਮਦ ਹੋ ਸਕਣ? ਕੋਈ ਨਹੀਂ ਹੋਈਆਂ। ਇਹ ਤਾਂ ਲੋਕਲਸ ਦਾ, ਜਿਹੜੇ ਲੋਕਲ ਪਿੰਡਾਂ ਵਾਲੇ ਨੇ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਜਦੋਂ ਉਹਨਾਂ ਨੂੰ ਪਤਾ ਲੱਗਾ ਇੱਕ ਬਾਡੀ ਪਈ ਹੈ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ। ਤੋ ਅੱਜ ਐਜ਼ ਦੀ ਲੀਡਰ ਆਫ ਦੀ ਓਪੋਜੀਸ਼ਨ, ਐਜ਼ ਦੀ ਮੇਨ ਪਾਰਟੀ ਇਨ ਦੀ ਓਪੋਜੀਸ਼ਨ, ਮੇਰੀ ਮੰਗ ਹੈ ਕਿ ਇਮੀਜੀਏਟਲੀ ਇਹ ਤਿੰਨੋਂ ਲੋਕ ਗ੍ਰਿਫਤਾਰ ਹੋਣੇ ਚਾਹੀਦੇ ਨੇ। ਅਤੇ ਮੈਂ ਮੰਗ ਕਰੂੰਗਾ ਭਗਵੰਤ ਮਾਨ ਜੀ, ਘੱਟ ਤੋਂ ਘੱਟ ਹੋਣੀ LOC ਜਾਰੀ ਕਰਾਓ, ਕਿਤੇ ਇਹ ਪਾਸਪੋਰਟਾਂ ਦੇ ਬਾਹਰਲੇ ਮੁਲਕਾਂ 'ਚ ਨਾ ਨਿਕਲ ਜਾਣ। ਅਤੇ ਨਾਲ ਮੈਂ ਚਾਹਾਂਗਾ ਕਿ ਭਗਵੰਤ ਮਾਨ ਖੁਦ ਇਸ ਗੱਲ ਨੂੰ ਜ਼ਾਹਿਰ ਕਰਨ, ਇਹ ਗੱਲ ਦੱਸਣ ਪੰਜਾਬ ਦੇ ਲੋਕਾਂ ਨੂੰ ਕਿ ਕੀ ਕਾਰਨ ਹੋਇਆ ਕਿ ਇੰਨੀ ਵੱਡੀ ਜਿਹੜੀ ਟ੍ਰੈਜਡੀ ਹੋਈ ਹੈ, ਤੁਹਾਡੀ ਐਡਮਿਨਿਸਟ੍ਰੇਸ਼ਨ ਕਿਉਂ ਇੰਨੀ ਇਨਸੈਂਸਿਟਿਵ ਰਹੀ ਹੈ? ਇਸ ਪਰਿਵਾਰ ਨੂੰ ਦਿਲਾਸਾ ਦੇਣ ਵਾਸਤੇ ਭਗਵੰਤ ਮਾਨ ਜੀ ਕੀ ਕਰਨਗੇ? ਇਹ ਸਾਨੂੰ ਜਲਦੀ ਤੋਂ ਜਲਦੀ ਸਮੁੱਚਾ ਪੰਜਾਬ, ਭਗਵੰਤ ਮਾਨ ਜੀ ਤੁਹਾਡੇ ਇਸ ਮੈਸੇਜ ਨੂੰ ਉਡੀਕ ਰਿਹਾ। ਸੋ ਮੈਂ ਇੰਨਾ ਹੀ ਕਹਿੰਦਾ ਹੋਇਆ, ਮੈਨੂੰ ਆਸ ਹੈ ਕਿ ਘੱਟ ਤੋਂ ਘੱਟ ਇਹ ਜਿਹੜੀ ਮੌਜੂਦਾ ਸਰਕਾਰ ਹੈ, ਥੋੜ੍ਹੀ ਸੈਂਸਿਟਿਵਿਟੀ ਇਸ ਟਾਈਮ ਵਿਖਾਉਂਦੀ ਹੋਈ ਇਮੀਜੀਏਟਲੀ ਇਨ ਐਕਸ਼ਨ 'ਚ ਆਏਗੀ।
बहुत बहुत शुक्रिया।